ਸਭਾ ਚੋਣਾਂ ਦੇ ਮੱਦੇਨਜ਼ਰ ਖਡੂਰ ਸਾਹਿਬ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀ ਨੇ ਬੀਬੀ ਜਗੀਰ ਕੌਰ ਨੂੰ ਸਾਂਝੇ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉਤਾਰਿਆ। ਇਸ ਮੌਕੇ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਜਸਬੀਰ ਗਿੱਲ ਡਿੰਪਾ ਦੇ ਕਾਂਗਰਸ ਪਾਰਟੀ ਦੇ ਜਿੱਤ ਦੇ ਦਾਅਵੇ ਤੇ ਬੋਲਦਿਆਂ ਕਿਹਾ ਕਿ ਪਹਿਲਾਂ ਉਹ ਖੁਦ ਆਪਣੀ ਸੀਟ ਤੋਂ ਜਿੱਤ ਲੈਣ, ਬਾਕੀਆਂ ਦੀ ਗੱਲ ਤਾਂ ਬਾਅਦ ਦੀ ਹੈ। ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤੁਲਨਾ ਅਨਟ੍ਰੇਨ ਡਰਾਈਵਰ ਨਾਲ ਕਰਦਿਆਂ ਕਿਹਾ ਕਿ ਰਾਹੁਲ ਤਾਂ ਉਹ ਅਨਟ੍ਰੇਨ ਡਰਾਈਵਰ ਹੈ ਜੋ ਕੋਈ ਗੱਡੀ ਵੀ ਨਹੀਂ ਚਲਾ ਸਕਦਾ, ਤਾਂ ਉਹ ਦੇਸ਼ ਕੀ ਚਲਾਵੇਗਾ। ਹਾਂਜੀ ਬੀਬੀ, ਜਿਸ ਤਰ੍ਹਾਂ ਦੇਖ ਲਓ ਜੀ, ਪੰਜਾਬ ਭਾਰਤ ਵਿੱਚ ਕਾਂਗਰਸ ਦੇ ਵਿੱਚ ਫੁੱਟ ਨਜ਼ਰ ਆ ਰਹੀ ਆ। ਸੀਟਾਂ ਨੂੰ ਲੈ ਕੇ ਟਾਲ ਲਓ ਜਾਂ ਰਹੀ ਆਪਣੇ ਕੈਂਡੀਡੇਟ ਨੂੰ ਲੈ ਕੇ ਟਾਲ ਲਓ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਕਾਂਗਰਸ ਦੇ ਲੀਡਰ ਜਿਹੜੇ ਆ ਉਹ ਸਾਰੇ ਇਕੱਲੇ ਇਕੱਲੇ ਤੁਰ ਰਹੇ ਆ। ਮੇਰਾ ਖਿਆਲ ਹੈ ਕਿ ਕੋਈ ਸੀਟ ਐਸੀ ਨਹੀਂ ਜਿਹੜੀ ਸਾਰੇ ਰਲ ਕੇ ਲੜਨਾ ਚਾਹੁੰਦੇ ਹਨ। ਉਹਦਾ ਕਾਰਨ ਕਈ ਹੈ ਜੀ। ਨੰਬਰ ਇੱਕ ਤਾਂ ਇਹ ਹੈ ਵੀ ਇੱਕ ਅਨਾਰ ਦੇ 100 ਬਿਮਾਰ। ਇਹ ਲੋਕ ਚਾਹੁੰਦੇ ਸੀਗੇ ਕਿ ਇੱਥੇ ਸਾਡੀ ਪੰਜਾਬ ਦੀ ਸਰਕਾਰ, ਦੇਖੋ ਪੰਜਾਬ ਸਰਕਾਰ ਹੋਵੇ, ਸਾਰੇ ਮੰਤਰੀ ਸਾਰੇ MLA ਟਿਕਟਾਂ ਮੰਗਣ। ਇਹਦਾ ਮਤਲਬ ਕੀ ਹੈ ਕਿ ਉਹ ਮਹਿਸੂਸ ਕਰ ਗਏ ਹੈ ਕਿ ਪੰਜਾਬ ਸਰਕਾਰ ਫੇਲ ਹੋ ਗਈ ਹੈ, ਇੱਥੇ ਕਿਸੇ ਦੀ ਸੁਣਵਾਈ ਨਹੀਂ, ਕਿਸੇ ਦਾ ਕੰਮ ਨਹੀਂ ਹੋ ਰਿਹਾ। ਕੋਈ ਉਹਨਾਂ ਨੂੰ ਨਾ MLA ਲੋਕਾਂ ਨੂੰ ਸੁਣਦਾ, ਨਾ MLA ਦੀ ਕੋਈ ਮਿਨਿਸਟਰ ਸੁਣਦਾ, ਨਾ ਕੋਈ ਮਿਨਿਸਟਰ ਦੀ CM ਸੁਣਦਾ। ਇਸ ਵੇਲੇ ਸਾਰਾ ਕੰਮ ਕਾਜ ਠੱਪ ਹੋਇਆ ਪਿਆ। ਲੋਕ ਇਹ ਮਹਿਸੂਸ ਕਰਦੇ ਆ ਕਿ ਪੰਜਾਬ ਸਰਕਾਰ ਉਦੋਂ ਬਣਾਈ ਸੀ ਝੂਠੇ ਵਾਅਦੇ ਕਰਕੇ। ਉਹਨਾਂ ਗੱਲਾਂ ਦਾ ਅਸਰ ਅੱਜ ਲੋਕਾਂ 'ਤੇ ਬਹੁਤ ਹੈ। ਕਿਹੜੀਆਂ ਗੱਲਾਂ ਦੇ ਨਾਲ ਉਹ ਲੋਕਾਂ 'ਚ ਜਾਣ ਅਤੇ ਉਹ ਜਵਾਬ ਦੇਣ। ਸੋ ਪੰਜਾਬ ਸਰਕਾਰ ਦਾ ਫੇਲੂਰ ਹੋਣ ਕਰਕੇ ਹਰ ਕੋਈ ਸੋਚਦਾ ਕਿ ਅਸੀਂ ਇੱਥੋਂ ਛੱਡੀਏ ਅਤੇ ਕਿਸੇ ਤਰੀਕੇ ਨਾਲ ਫਿਰ ਲੋਕਾਂ 'ਚ ਜਿਹੜਾ ਝੂਠ ਹੁਣ ਰਾਹੁਲ ਗਾਂਧੀ ਨੇ ਬੋਲਿਆ ਉਹ ਝੂਠ ਲੈ ਕੇ ਫਿਰ ਜਾਈਏ ਅਤੇ ਸ਼ਾਇਦ ਸਾਡੀ ਕੋਈ ਸੁਣਵਾਈ ਹੋ ਜਾਵੇ। ਪਰ ਮੈਂ ਸਮਝਦੀ ਹਾਂ ਕਿ ਇਹ ਸਾਰੇ ਇੱਕ ਦੂਜੇ ਦੀਆਂ ਲੱਤਾਂ ਵੀ ਖਿੱਚਦੇ ਵੀ ਹੁੰਦੇ ਆ ਅਤੇ ਇੱਕ ਦੂਜੇ ਡਿਸਿਪਲਿਨ ਵੀ ਇਸ ਪਾਰਟੀ 'ਚ ਕੋਈ ਨਹੀਂ। ਸਾਡੀ ਪਾਰਟੀ ਦਾ ਡਿਸਿਪਲਿਨ ਹੈ, ਸਾਡੀ ਪਾਰਟੀ ਸਾਰੀ ਇੱਕ ਹੋ ਕੇ ਚੱਲਦੀ ਹੈ। ਜਿਹਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਨੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜਿਹਨੂੰ ਮੋਹਰ ਲਾ ਦਿੱਤੀ, ਜਿਹਨੂੰ ਤੋੜ ਦਿੱਤਾ, ਸਾਰੀ ਪਾਰਟੀ ਨੇ ਸਲਾਹ ਕਰਕੇ ਹੋਰ ਕਮੇਟੀ ਸਲਾਹ ਹੁੰਦੀ ਹੈ, ਫਿਰ ਕੈਂਡੀਡੇਟ ਐਲਾਨਿਆ ਜਾਂਦਾ। ਇਹ ਆਪਣੇ ਆਪਣੇ, ਕਿਉਂਕਿ ਇਹਨਾਂ ਦਾ ਸਿਸਟਮ ਹੋਰ ਤਰ੍ਹਾਂ ਦਾ, ਇਹਨਾਂ ਨੇ ਕੋਈ ਨਾ ਕੋਈ ਪੈਸਾ ਦੇ ਕੇ, ਕੋਈ ਨਾ ਕੋਈ ਐਸੀ ਲਾਲਚ ਦੇ ਕੇ ਉਹ ਸੀਟਾਂ ਲੈ ਕੇ ਆਉਂਦੇ ਆ। ਅਤੇ ਮੈਂ ਸਮਝਦੀ ਹਾਂ ਕਿ ਇਹਨਾਂ ਦਾ ਜਿਹੜਾ ਅੱਜ ਇਨਡਿਸਿਪਲਿਨਡ ਪਾਰਟੀ ਸ਼ੋ ਗਈ ਹੈ, ਤਾਂ ਹੀ ਉਹ ਕਰਕੇ ਤਾਂ ਪੰਜਾਬ 'ਚ ਲੋਕਾਂ ਦਾ ਕੰਮ ਨਹੀਂ ਹੋ ਰਿਹਾ, ਤਾਂ ਹੀ ਉਹ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ, ਤਾਂ ਹੀ ਵਿਕਾਸ ਠੱਪ ਹੋਇਆ, ਤਾਂ ਹੀ ਸਕੀਮਾਂ ਬੰਦ ਹੋ ਗਈਆਂ, ਤਾਂ ਹੀ ਲੋਕ ਅੱਜ ਬੇਹਾਲ ਹੋਏ ਪਏ ਆ, ਲੋਅ ਐਂਡ ਆਰਡਰ ਫੇਲ ਹੋ ਗਿਆ। ਸੋ ਮੈਂ ਸਮਝਦੀ ਹਾਂ ਕਿ ਲੋਕ ਅੱਜ ਪਰੇਸ਼ਾਨ ਹੈ, ਇਸ ਕਰਕੇ ਇਹ ਇੱਕ ਦੂਜੇ ਦੇ ਨਾਲ ਖੜੋ ਕੇ ਰਾਜ਼ੀ ਹੋ। ਬੀਬੀ ਜਿਸ ਤਰ੍ਹਾਂ ਦੇਖ ਦਿਓ ਜੀ, ਇੱਕ ਮਹਿਲਾ ਕੈਂਡੀਡੇਟ ਜਿਹੜੀ ਆਪਣੇ ਬੀਬੀ ਸਾਲੜਾ ਤੁਹਾਡੇ ਮੁਕਾਬਲੇ 'ਤੇ ਆ, ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ ਤੁਸੀਂ ਚੁਣਾਵ ਮੈਦਾਨ 'ਚ? ਦੇਖੋ ਜੀ, ਇਹ ਲੋਕਾਂ ਨੇ ਦੇਖਣਾ ਪੋਲੀਟੀਕਲ ਤਜਰਬਾ ਕੀ ਹੈ, ਕਿਹੜੇ ਕਿਹੜੇ ਥਾਂ 'ਤੇ ਕਿਸੇ ਨੇ ਕੰਮ ਕੀਤਾ ਔਰ ਉਹਦੀ ਲੋਕਾਂ ਵਿੱਚ ਕੀ ਹੋਂਦ ਕੀ ਹੈ। ਇਹ ਨਹੀਂ ਕਿ ਇਹ ਕਿਸੇ ਦੀ ਔਰਤ ਹੈ, ਕਿਸੇ ਦੀ ਜਨਾਨੀ ਹੈ, ਕਿਸੇ ਦੀ ਵਾਈਫ ਹੈ, ਜਾਂ ਕੋਈ ਸ਼ਹੀਦ ਹੋਇਆ ਉਹਦੀ ਵਾਈਫ ਹੈ। ਗੱਲ ਇਹ ਦੇਖਣਾ ਲੋਕਾਂ ਨੇ ਕਿ ਪਾਰਟੀ ਕਿਹੜੀ ਹੈ, ਉਸ ਪਾਰਟੀ ਦੀ ਕੁਰਬਾਨੀ ਕੀ ਹੈ, ਉਸ ਪਾਰਟੀ ਦਾ ਲੋਕਾਂ ਨੂੰ ਦੇਣ ਕੀ ਹੈ, ਉਸ ਪਾਰਟੀ ਨੇ ਅੱਜ ਤੱਕ ਉਹਦੀ ਸਰਕਾਰਾਂ ਨੇ ਲੋਕਾਂ 'ਚ ਕੀ ਕੀਤਾ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ 10 ਸਾਲ ਲਗਾਤਾਰ। ਉਹ ਸਰਕਾਰ ਦੀ ਕੀਤੀ ਕਾਰਵਾਈ, ਉਹਦੀ ਕੀਤੀ ਕਾਰਗੁਜ਼ਾਰੀ, ਉਹਦੇ ਕੀਤੇ ਵਿਕਾਸ, ਉਹਦੀ ਦਿੱਤੀਆਂ ਸਹੂਲਤਾਂ, ਉਹਦੇ ਲਿਆਂਦੇ ਪ੍ਰੋਜੈਕਟ, ਜੋ ਸਰਦਾਰ ਪ੍ਰਕਾਸ਼ ਸਿੰਘ